ਪੰਜਾਬ ਸਰਕਾਰ ਦੁਆਰਾ ਨਸ਼ੇ ਦੇ ਖਿਲਾਫ ਚਲਾਈ ਮੁਹਿੰਮ ਦੇ ਤਹਿਤ ਅੱਜ ਜਲੰਧਰ ਦੇ ਥਾਣਾ ਭਾਰਗਵ ਕੈਂਪ ਦੀ ਪੁਲਿਸ ਨੇ ਇੱਕ ਮਹਿਲਾ ਨੂੰ 4752 ਨਸ਼ੀਲੇ ਕੈਪਸੂਲਾਂ ਦੇ ਨਾਲ ਕਾਬੂ ਕੀਤਾ ਹੈ। ਇਸ ਮੌਕੇ ਤੇ ਜਾਂਚ ਅਧਿਕਾਰੀ ਬਰਜਿੰਦਰ ਸਿੰਘ ਨੇ ਕਿਹਾ ਅੱਜ ਸਾਡੇ ਐਸ ਆਈ ਨਰਵੀਰ ਸਿੰਘ ਨੇ ਸਿਵਲ ਪੁਲਿਸ ਪਾਰਟੀ ਚਾਰਾ ਮੰਡੀ ਨੂੰ ਨਾਕਾ ਲਗਾਇਆ ਸੀ ਅਤੇ ਅਚਾਨਕ ਲੇਡੀ ਉਦੋਂ ਪੈਦਲ ਤੁਰੀ ਆਈ ਜਿਹਨੇ ਪੁਲਿਸ ਪਾਰਟੀ ਵੇਖ ਕੇ ਆਪਣਾ ਇੱਕ ਲਿਫਾਫਾ ਸੁੱਟਦਾ ਲੈ ਦਿੱਤਾ। ਜੋ ਸ਼ੱਕ ਦੇ ਨਾਲ ਉਹਨੇ ਚੈੱਕ ਕੀਤਾ ਉਹਦੇ ਵਿੱਚੋਂ ਨਸ਼ੀਲੇ ਕੈਪਸੂਲ ਬਰਾਮਦ ਹੋਏ ਦਿੰਦੇ 4752 ਹੋਏ ਆ। ਕਿਹੜੀ ਕਿਸਮ ਦੇ ਹੈਗੇ? ਨੀਲੇ ਰੰਗ ਦੇ ਕੈਪਸੂਲ ਹੈ। ਅੱਛਾ ਜੀ, ਉਹ ਹੁਣ ਟੈਸਟ ਬੋਰਡ ਤੋਂ ਪਤਾ ਲੱਗਾ ਕੀ ਉਹ 'ਚ ਹੈਗਾ। ਅੱਛਾ, ਕੀ ਮਾਮਲਾ ਦਰਜ ਕੀਤਾ ਜੀ? ਅਸੀਂ NDPS ਤੱਕ ਪਤਾ ਕਰਦਾ ਕੀਤਾ। ਅੱਛਾ ਜੀ, ਅਤੇ ਇੱਕ ਪੁੱਛਿਆ ਕੋਈ ਲਾਇਸੈਂਸ ਵਗੈਰਾ ਦਾ ਕੁਛ ਪੁੱਛਦੇ ਸੀ ਅਤੇ ਪਹਿਲਾਂ ਕੋਈ ਪੁੱਛ ਕੇ ਮਾਮਲਾ ਹੈਗਾ ਜੀ? ਇਹ ਵੇਰੀਫਾਈ ਕਰਦੇ ਸਰ। ਕਿੱਥੋਂ ਦੇ ਰਹਿਣ ਵਾਲੇ ਨੇ? ਇਹ ਭਾਰੋ ਕੈਂਪ ਕਰਾਇਆ ਤਾਂ ਰਹਿੰਦੀ ਹੈ। ਅੱਛਾ, ਰੂਪਾ ਰੋਡ। ਅੱਛਾ,